ਕਣਕ ਤੋਂ ਫਰਵਰੀ ਦੇ ਵਿੱਚ ਇੱਕ ਜਦੋਂ ਬਾਹਰੋਂ ਕਣਕ ਮੰਗਾਉਂਦੇ ਆ ਉਹਦੇ ਤੇ ਸਾਡੀ ਸਰਕਾਰ ਟੈਕਸ ਲਾਉਂਦੀ ਆ, ਕਰ ਲਾਉਂਦੀ ਆ, ਬਾਹਰੋਂ ਸਾਡੀ ਮੰਡੀ ਦੇ ਵਿੱਚ ਕੋਈ ਜਿਨਸ ਆ ਕੇ ਨਾ ਵਿਕੇ। ਵਜ੍ਹਾ ਉਹਦੀ ਵੀ ਸਾਡੀ ਜਿਹੜੀ ਫਸਲ ਆ ਇੱਥੋਂ ਦੀ ਇਹ ਬਹੁਤ ਜ਼ਿਆਦਾ ਵਾ, ਕਣਕ ਸਾਡੇ ਦੇਸ਼ ਵਿੱਚ ਬਹੁਤ ਵੱਡੇ, ਇਹ ਨਾ ਰੁਲ ਜਾਵੇ। ਤਾਂ ਇਹ ਜਿਹੜੇ ਆ ਫਰਵਰੀ ਦੇ ਵਿੱਚ ਕਣਕ ਦੇ ਉੱਤੋਂ ਜਿਹੜੀ ਇੰਪੋਰਟ ਡਿਊਟੀ ਆ, ਜਿਹੜੀ ਕਰ, ਉਹ ਵਾਪਸ ਲੈ ਰਹੇ ਨੇ। ਜਿਹੜਾ ਅਮਰੀਕਾ ਨਾਲ ਸਮਝੌਤਾ ਹੋਇਆ ਭਾਰਤ ਦਾ, ਉਹਦੇ ਵਿੱਚ ਡਰਾਈ ਫਰੂਟ ਤੇ ਹੋਰ ਚੀਜ਼ਾਂ ਤੇ ਜਿਹੜੇ ਟੈਕਸ ਵਾਪਸ ਲੈਣ ਦੀ ਗੱਲ ਤਾਂ ਮੰਨੀ ਹੋਈ ਹੈ, ਵਿੱਚ ਸੇਬ ਵੀ ਆ ਰਹੇ ਹੈਗੇ, ਹੋਰ ਵੀ ਫਲ ਵੀ ਆ, ਸਬਜ਼ੀਆਂ ਵੀ ਆ, ਦੁੱਧ ਦੇ ਡੇਅਰੀ ਦੇ ਪ੍ਰੋਡਕਟਸ ਵੀ ਹੈਗੇ ਆ, ਯਾਨੀ ਉਹ ਸਮਝੌਤਾ ਤੋਂ ਪਿੱਛੇ ਨਹੀਂ ਗਏ। ਤੁਸੀਂ ਮੰਨ ਲਓ ਵੀ ਜੇ ਬਾਹਰਲੇ ਮੁਲਕਾਂ ਦੀਆਂ ਵਿਦੇਸ਼ਾਂ ਦੀਆਂ ਫਸਲਾਂ ਸਾਡੀ ਮੰਡੀ 'ਚ ਡੰਪ ਹੋ ਗਈਆਂ, ਦੁੱਧ ਬਾਹਰੋਂ ਆ ਕੇ ਇੱਥੇ ਡੰਪ ਹੋ ਗਿਆ, ਫਲ ਬਾਹਰੋਂ ਆ ਗਏ, ਸਬਜ਼ੀਆਂ ਬਾਹਰੋਂ ਆਈਆਂ, ਜਾਂ ਮੀਟ ਦੇ ਪ੍ਰੋਡਕਟ ਬਾਹਰੋਂ ਆ ਗਏ, ਤਾਂ ਫਿਰ ਖੇਤੀ ਕਾਨੂੰਨ ਪਿੱਛੇ ਰਹਿ ਜਾਣਗੇ, ਸਾਡੀ ਮੰਡੀ ਰੁਲ ਜਾਣੀ ਹੈਗੀ ਆ।